ਨਵਾਂਸ਼ਹਿਰ ਦੀ ਇੱਕ ਅਦਾਲਤ ਵੱਲੋਂ ਤਿੰਨ ਨੌਜਵਾਨਾਂ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਖਾਲਿਸਤਾਨ ਸਹਿਤ ਰੱਖਣ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਮਿਲਣ ਨੂੰ ਆਧਾਰ ਬਣਾ ਕੇ ਸੁਣਵਾਈ ਗਈ ਉਮਰ ਕੈਦ ਦੀ ਸਜ਼ਾ ਦੇ ਵਿਰੋਧ ਵਿੱਚ ਅੱਜ ਪੰਥਕ ਫਰੰਟ ਅਤੇ ਦਲ ਖਾਲਸਾ ਦੀ ਅਗਵਾਈ ਹੇਠ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਜ਼ਿਲ੍ਹਾ ਕਚਹਿਰੀਆਂ ਅਤੇ ਗੇਟ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਖਾਲਿਸਤਾਨ ਸਹਿਤ ਨਾਲ ਸੰਬੰਧਿਤ ਕਿਤਾਬਾਂ ਆਪਣੇ ਹੱਥ ਵਿੱਚ ਉਤਾਂਹ ਚੁੱਕ ਕੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਨਾਅਰੇਬਾਜ਼ੀ ਕੀਤੀ। ਇਸ ਮੌਕੇ 'ਤੇ ਹਰਚਰਨਜੀਤ ਸਿੰਘ ਧਾਮੀ, ਜਥੇਦਾਰ ਸੁਖਦੇਵ ਸਿੰਘ ਪੌਰ ਅਤੇ ਮਾਤਾ ਸਰਬਜੀਤ ਕੌਰ ਨੇ ਕਿਹਾ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤਿੰਨ ਸਿੱਖ ਨੌਜਵਾਨਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਨੇ ਆਪਣੀ ਸੀਮਾ ਤੋਂ ਬਾਹਰ ਜਾਂਦੇ ਹੋਏ ਆਪਣੀ ਫਿਰਕਾ ਪ੍ਰਸਤੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਉਮਰ ਕੈਦ ਦੀ ਸਜ਼ਾ ਦਿੱਤੀ ਹੈ, ਉਹਦੇ ਰੋਸ ਵਜੋਂ ਅੱਜ ਇੱਥੇ ਪੰਥਕ ਜਥੇਬੰਦੀਆਂ ਇਕੱਠੀਆਂ ਹੋਈਆਂ, ਜਿਹਦੇ ਵਿੱਚ ਦਲ ਖਾਲਸਾ, ਪੰਥਕ ਫਰੰਟ, ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਹੋਰ ਜਿਹੜੇ ਜਥੇਬੰਦੀਆਂ ਇਕੱਠੀਆਂ ਹੋਈਆਂ। ਔਰ ਅਸੀਂ ਇਹ ਸਮਝਦੇ ਹਾਂ ਕਿ ਪਹਿਲਾਂ ਤਾਂ ਜਿਹੜਾ ਪੁਲਿਸ ਨੇ ਝੂਠਾ ਕੇਸ ਫੈਬਰੀਕੇਟ ਕੀਤਾ ਸੀ ਉਹਨੂੰ ਜਸਟੀਫਾਈ ਕਰਨ ਲਈ ਜੱਜ ਨੇ ਉਹਨੂੰ ਸਜ਼ਾ ਦਿੱਤੀ। ਜਦੋਂ ਇਹਦੇ ਖਿਲਾਫ਼ ਬਹੁਤ ਜ਼ਿਆਦਾ ਰੋਸ ਹੋਇਆ, ਆਵਾਜ਼ ਉੱਠੀ ਕਿ ਕੇਸ ਬਣਦਾ ਹੀ ਨਹੀਂ ਸੀ, ਤਾਂ ਜੱਜ ਨੇ ਪੁਲਿਸ ਨੇ ਜੱਜ ਨੂੰ ਜਸਟੀਫਾਈ ਕਰਨ ਲਈ ਕਿ ਜਿਹੜਾ ਜੱਜ ਦਾ ਕੇਸ, ਜੱਜ ਨੇ ਜਿਹੜਾ ਡਿਸੀਜ਼ਨ ਲਿਆ ਉਹ ਠੀਕ ਹੈ, ਉਹਨਾਂ ਦੇ ਉੱਤੇ ਹੁਣ ਉਹਦੇ ਰੈਸਕਿਊ 'ਤੇ ਆ ਗਏ, ਉਹ ਬੱਚਿਆਂ ਦੇ ਉੱਤੇ ਹੁਣ ਹਥਿਆਰਾਂ ਦਾ ਕੇਸ ਪਾਤਾ। ਸੋ ਇਸ ਕੇਸ ਦੇ ਵਿੱਚ ਜਿਹੜੀ ਜੁਡੀਸ਼ਰੀ ਹੈ ਉਹਨੇ ਇੰਡੀਪੈਂਡੈਂਟ ਫੈਸਲਾ ਨਹੀਂ ਲਿਆ, ਉਹਨੇ ਸਟੇਟ ਦਾ ਅਤੇ ਪੁਲਿਸ ਦੇ ਹੱਕ ਪੂਰੇ ਹੈ, ਔਰ ਹੁਣ ਜਿਹੜੀ ਪੁਲਿਸ ਹੈ ਉਹ ਜੁਡੀਸ਼ਰੀ ਦੇ ਹੱਕ ਪੂਰ ਰਹੀ ਹੈ। ਸੋ ਉਹ ਇੱਕ ਤਾਂ ਅਸੀਂ ਹਾਇਰ ਕੋਰਟ ਦੇ ਵਿੱਚ ਇਹਦੀ ਅਪੀਲ ਕਰਾਂਗੇ, ਉੱਥੋਂ ਇਨਸਾਫ ਲੈਣ ਦੀ ਕੋਸ਼ਿਸ਼ ਕਰਾਂਗੇ, ਔਰ ਜਿਹੜੀ ਆਪਣੀ ਆਵਾਜ਼ ਹੈ, ਜਿਹੜਾ ਸਾਡੇ ਨਾਲ ਧੱਕਾ ਹੋਇਆ, ਇਹਨੂੰ ਦੁਨੀਆ ਤੱਕ ਪਹੁੰਚਾਵਾਂਗੇ। ਹਾਂਜੀ, ਉਹ ਅਸੀਂ ਮੇਰੇ ਖਿਆਲ ਪਹਿਲਾਂ ਤਾਂ ਇੱਥੇ ਹੀ ਕਹਾਣੀ ਪੈਣੀ ਆ ਸੈਸ਼ਨ ਜੱਜ ਦੇ ਜਾਂ ਹਾਈਕੋਰਟ, ਜੋ ਵੀ ਜੁਡੀਸ਼ੀਅਲ ਰੈਮਡੀ ਆ ਉਹ ਅਸੀਂ ਲਵਾਂਗੇ, ਜਿੰਨੀ ਕੁ ਸਾਨੂੰ ਸਪੇਸ ਮਿਲਦੀ ਆ ਉਹ ਸਪੇਸ ਨੂੰ ਤਾਂ ਅਵੇਲ ਕਰਾਂਗੇ ਅਸੀਂ। ਪਿਛਲੇ ਦਿਨੀ ਤਿੰਨ ਸਿੱਖ ਨੌਜਵਾਨਾਂ ਨੂੰ ਨਵਾਂਸ਼ਹਿਰ ਦੀ ਇੱਕ ਅਦਾਲਤ ਨੇ ਇੱਕ ਫੈਸਲਾ ਸੁਣਾਇਆ, ਜਿਹਦੇ ਵਿੱਚ ਉਹਨਾਂ ਨੂੰ ਕੁਝ ਲਿਟਰੇਚਰ ਰੱਖਣ ਕਰਕੇ ਔਰ ਕੁਝ ਸੋਸ਼ਲ ਮੀਡੀਆ 'ਤੇ ਕੁਝ ਮੈਸੇਜ ਇੱਧਰ ਉੱਧਰ ਪਾਸ ਕਰਨ ਕਰਕੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਮਾਨਯੋਗ ਕੋਰਟ ਦੇ ਸਾਹਮਣੇ ਜਿਹੜੇ ਫੈਕਟਸ ਰੱਖੇ ਗਏ ਉਹ ਠੀਕ ਨਹੀਂ ਸੀ, ਕਿਉਂਕਿ ਕੋਰਟ ਨੇ ਤਾਂ ਫੈਸਲਾ ਫੈਕਟਸ ਦੇ ਆਧਾਰ 'ਤੇ ਹੀ ਕਰਨਾ ਹੁੰਦਾ ਔਰ ਕੋਰਟਸ ਦੀ ਇਹ ਜ਼ਿੰਮੇਵਾਰੀ ਹੁੰਦੀ ਆ ਵੀ ਜੇ ਕੋਈ ਗੁਨਾਹਗਾਰ ਗੁਨਾਹ ਵੀ ਕਰ ਲਵੇ ਤਾਂ ਉਹਨੂੰ ਮੁੜ ਕੇ ਕਾਨੂੰਨ ਦੀ ਮੁੱਖ ਧਾਰਾ ਵਿੱਚ ਲੈ ਕੇ ਆਉਣਾ ਹੁੰਦਾ ਔਰ ਕਾਨੂੰਨ ਦੇ ਵਿੱਚ ਉਹਦਾ ਵਿਸ਼ਵਾਸ ਬਹਾਲ ਕਰਨਾ ਹੁੰਦਾ। ਜੇ ਇਹ ਅਜਿਹੇ ਛੋਟੇ ਛੋਟੀਆਂ ਗੱਲਾਂ ਦੇ ਕਰਕੇ ਐਡੇ ਵੱਡੇ ਵੱਡੇ ਫੈਸਲੇ ਹੋਣ ਲੱਗ ਪੈਣ ਤਾਂ ਕਾਨੂੰਨ ਦੇ ਵਿੱਚ ਵਿਸ਼ਵਾਸ ਖਤਮ ਹੋਣਾ ਸੁਭਾਵਿਕ ਹੀ ਹੈ, ਫਿਰ ਲੋਕ ਕਾਨੂੰਨ ਤੋਂ ਬਾਗੀ ਹੋ ਜਾਂਦੇ। ਇਹ ਜਿਹੜੇ ਨੌਜਵਾਨ ਹੈ ਤਿੰਨੋਂ ਹੀ, ਇਹਨਾਂ ਦਾ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ, ਨਾ ਇਹ ਕਿਸੇ ਗਤੀਵਿਧੀ ਦੇ ਵਿੱਚ ਪਹਿਲਾਂ ਕਿਸੇ ਕ੍ਰਿਮੀਨਲ ਗਤੀਵਿਧੀ ਸ਼ਾਮਲ ਹੈ, ਨਾ ਇਹਨਾਂ 'ਤੇ ਪਹਿਲਾਂ ਕੋਈ ਪਰਚਾ ਦਰਜ ਹੈ। ਔਰ ਜਿਹੜਾ ਇਹਨਾਂ 'ਤੇ ਦੋਸ਼ ਲਾਇਆ ਗਿਆ ਲਿਟਰੇਚਰ ਰੱਖਣ ਦਾ ਜਾਂ ਕੁਛ 70-80 ਹਜ਼ਾਰ ਰੁਪਈਆ ਕਿਤੇ ਮੰਗਾਇਆ ਇਹਨਾਂ ਨੇ ਬਾਹਰੋਂ, ਹੁਣ 80 ਹਜ਼ਾਰ ਰੁਪਈਏ ਨਾਲ ਖਾਲਿਸਤਾਨ ਤਾਂ ਬਣ ਨਹੀਂ ਸਕਦਾ ਅਤੇ ਨਾ 80 ਹਜ਼ਾਰ ਦਾ ਕੋਈ ਹਥਿਆਰ ਹੀ ਆ ਸਕਦਾ, ਨਾ ਉਹ ਲਿਟਰੇਚਰ ਜਾਂ ਜਿਹੜੇ ਉਹਨਾਂ 'ਤੇ ਦੋਸ਼ ਹੈ ਉਸ ਤੋਂ ਬਾਅਦ ਇਹਨਾਂ ਦੀਆਂ ਗਤੀਵਿਧੀਆਂ ਨੂੰ ਆਧਾਰ ਮੰਨ ਕੇ ਕੋਈ ਪ੍ਰੋਵੋਕੇਸ਼ਨ ਨਹੀਂ ਹੋਈ, ਕੋਈ ਵਾਇਲੈਂਸ ਨਹੀਂ ਹੋਈ, ਕਿਤੇ ਕੋਈ ਨੁਕਸਾਨ ਨਹੀਂ ਹੋਇਆ। ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਇਹ ਉਹਨਾਂ ਦੇ ਛੋਟੇ ਅਪਰਾਧ ਦੀ ਉਹਨਾਂ ਨੂੰ ਵੱਡੀ ਸਜ਼ਾ ਮਿਲੀ ਹੈ, ਜਿਹਦੇ ਕਰਕੇ ਅਸੀਂ ਇਸ ਗੱਲ ਤੋਂ ਪੀੜਿਤ ਮਹਿਸੂਸ ਕਰਦੇ ਹਾਂ ਔਰ ਇਹ ਵੀ ਮਹਿਸੂਸ ਕਰਦੇ ਹਾਂ ਕਿ ਜਿਹੜੇ ਦੋਸ਼ ਉਹਨਾਂ 'ਤੇ ਲਾਏ ਗਏ ਜੀ ਉਹਨਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਮਾਰ ਦੇਣਾ ਸੀ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਰਕਾਰ ਨੇ ਕਿਉਂ ਨਹੀਂ ਫੜਿਆ, ਫਿਰ ਸਰਕਾਰ ਫੜ ਲੈਂਦੀ ਅਤੇ ਦੋਸ਼ੀ ਕਿਤੇ ਉਹਨਾਂ ਨੇ ਤਾਂ ਚਿੜੀ ਨਹੀਂ ਮਾਰੀ, ਕੋਈ ਕਿਤੇ ਉਹਨਾਂ ਦੇ ਨਾਂ 'ਤੇ ਵਾਇਲੈਂਸ ਨਹੀਂ ਹੋਈ। ਜਿਹੜੇ ਸਮੇਂ ਵਿੱਚ ਇਹ ਕੇਸ ਬਣਿਆ 2016 ਦੇ ਵਿੱਚ, 2015 ਦੇ ਵਿੱਚ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ, ਸਾਰਾ ਹੀ ਸਿੱਖ ਪੰਥ ਸੜਕਾਂ 'ਤੇ ਰੁਲਦਾ ਰਿਹਾ ਵੀ ਦੋਸ਼ੀ ਫੜ ਲਓ, ਗੁਨਾਹਗਾਰਾਂ ਨੂੰ ਫੜੋ, ਸਜ਼ਾ ਦਿਓ। ਉਲਟਾ ਗੁਰੂ ਵੀ ਸਿੱਖਾਂ ਦਾ ਬੇਪਤ ਹੋਇਆ,
ਸੜਕਾਂ 'ਤੇ ਵੀ ਸਿੱਖ ਰੁਲਦੇ ਰਹੇ, ਹੁਣ ਆ ਉਮਰ ਕੈਦ ਦੀਆਂ ਸਜ਼ਾਵਾਂ ਵੀ ਸਿੱਖਾਂ ਨੂੰ ਹੋਣ ਲੱਗ ਪਈ। ਇਹ ਲੀਨੀਅੰਟ ਵਿਊ ਲੈਣਾ ਚਾਹੀਦਾ। ਇਹ ਅਸੀਂ ਮਾਣਯੋਗ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਤਾਂ ਦੇਵਾਂਗੇ, ਪਰੰਤੂ ਅਜਿਹੇ ਫੈਸਲੇ ਜਿਹੜੇ ਆ ਲੋਕਾਂ ਦਾ ਕਾਨੂੰਨ ਵਿੱਚੋਂ ਵਿਸ਼ਵਾਸ ਖਤਮ ਕਰ ਦੇਣਗੇ। ਇਹ ਤਾਂ ਡੈਮੋਕ੍ਰੇਸੀ ਦਾ ਅੰਤ ਹੋ ਜਾਏਗਾ। ਇਹਦਾ ਮਤਲਬ ਕੋਈ ਬੰਦਾ ਆਪਣੇ ਕੋਈ ਵਿਚਾਰਾਂ ਦੀ ਗੱਲ ਹੀ ਨਹੀਂ। ਇੱਕ ਪਾਸੇ ਤਾਂ ਲੋਕ ਕਹਿ ਰਹੇ 2022 ਤੱਕ ਅਸੀਂ ਹਿੰਦੂ ਰਾਸ਼ਟਰ ਬਣਾ ਦੇਣਾ, ਉਹਨਾਂ 'ਤੇ ਕੋਈ ਪਰਚਾ ਨਹੀਂ ਦਰਜ ਹੋ ਰਿਹਾ। ਸਰਬਜੀਤ ਕੌਰ ਪਿੰਡ ਕਿਹੜਾ? 27-28 ਸਾਲ ਦਾ ਸੀ। ਕੋਈ ਨਹੀਂ ਪਤਾ ਭਰਾਵਾ ਕਿਹੜੇ ਦੋਸ਼ ਕੀ। ਧਾਰਮਿਕ ਕਿਤਾਬ ਜ਼ਰੂਰ ਪੜ੍ਹਦਾ ਹੁੰਦਾ ਸੀਗਾ, ਆਪਣੇ ਘਰ ਰਹਿੰਦਾ ਸੀ, ਕਿਤੇ ਨਹੀਂ ਜਾਂਦਾ ਆਉਂਦਾ ਸੀ। ਅਤੇ ਮੇਰਾ ਪੁੱਤ ਬਾਹਰ ਆਉਣਾ ਚਾਹੀਦਾ, ਹੁਣ ਗੈਰ ਕਾਨੂੰਨੀ ਜੱਜ ਨੇ ਦਫਾ ਲਾ ਦਿੱਤੀ ਉਹਨਾਂ।